जी अस्सलाम वालेकुम दोस्तों, मैं आपका दोस्त हैदर रिजवान रिजवी, आई होप सब खैरियत से होंगे। तो दोस्तों आज मैं आपको बताना चाहता हूँ कि मेरा टॉपिक क्या है। तो टॉपिक मेरा ये है कि ना, मतलब मैं ग्राउंड पे आया हूँ नेट के, तो तकरीबन ना आया ही हूँ ना, तो तकरीबन एक बंदा आया है, एक ना अलील चांद की शगिर्द को ना छोड़ गया है। तो आइए उससे गुफ्तगू करते हैं। इरफान भाई और बड़ा माशाल्लाह सुनिया। तो जी माशाल्लाह अनिल चांद तजर्बा दी गल्ला बढ़िया सुनियां ते बड़ा अच्छा जान गेम करदा ते कोई तुसी भी दा अच्छा डुके भी दी गेम होंदी है। अल्हम्दुलिल्लाह बड़ा अच्छा स्वाद है हमारा, बड़ा तजर्बा है उसका खेलने में। अच्छा चंद दिनों में ही उसने बहुत कामयाबी पाई। नहीं माशाल्लाह ना ते बड़ा सुनिया ते सुनाओ बस तुसी ते मतलब बंदे से नबारिया करदे ते अल्हम्दुलिल्लाह बंदे से ते सुन मार दे गेम गेम माशाल्लाह अल्हम्दुलिल्लाह बड़ी गेम है सारी। ਤੁਸੀਂ ਕਿਹੜੀ ਕਿਹੜੀ ਜਾਤ ਦੇ ਜ਼ਿਆਦਾ ਖੇਡਦੇ ਹੋ? ਐ ਫਲ ਰਾਵਲ ਪਿੰਡੀ ਇਸ ਤਰ੍ਹਾਂ ਬੜਾ ਇਲਾਕੇ ਅਸੀਂ ਖੇਡਦੇ ਰਹੇ ਹਾਂ। ਨਹੀਂ ਪਿੰਡੀ ਦੇ ਨਹੀਂ, ਤੁਸੀਂ ਫਲ ਮੈਚ ਜਿੱਤ ਆਇਓ। ਉਹ ਕਿੰਨੇ ਪੁਆਇੰਟ ਕਿੰਨੇ ਪੁਆਇੰਟਾਂ ਤੋਂ ਜਿੱਤੇ? ਬਸ ਐ ਮੈਚ ਬੜਾ ਫਸਿਆ ਕੱਲ ਅਸੀਂ 3 ਪੁਆਇੰਟਾਂ ਦੀ ਗੇਮ ਆਈ ਜੀ ਤੇ ਅਲਹਮਦੁਲਿਲਾ ਸੀ ਉਹ ਜਿਸ ਜਗ੍ਹਾ ਤੇ ਵੀ ਗਏ ਹਾਂ ਨਾ ਨਾ ਰੋਸ਼ਨ ਕੀਤਾ ਬਦਨਾਮੀ ਸਾਡਾ। ਨਹੀਂ ਇਹ ਗੱਲ ਮੈਂ ਮੰਨਨੀ ਅਨਿਲ ਚਾਂਦ ਉਹ ਵੀ ਜੋ ਤੇ ਸ਼ਗਰਾ ਤੋਂ ਚੰਗਾ ਮਤਲਬ ਗੇਮ ਕਰਦੇ ਜਿੱਤੇ ਵੀ ਗਏ ਹਾਂ ਬਾਟ ਹਰ ਬੰਦੇ ਦਾ ਸਿਆ ਨਹੀਂ ਚਾਂਦ ਜਿਹੜਾ ਸਾਜਿਦ ਖਾਨ ਪਠਾਨ ਹੈ ਉਹ ਨਹੀਂ ਸਹੀ ਹੈ। ਮਾਸ਼ਾਅੱਲਾ ਆਪਣੇ ਸਾਰੇ ਸੀਨੀਅਰ ਨੇ ਡਿਫੈਂਸ ਸਾਰਾ ਬੜਾ ਸਿਸਟਮ ਨਾਲ ਖੇਡ ਲੈਂਦੇ ਨੇ, ਬੜਾ ਤਜਰਬਾ ਹੈ ਉਹਨਾਂ ਦਾ। ਅੱਛਾ ਤੇ ਆਪਣੇ ਉਸਤਾਦ ਨੇ ਗੱਲਾਂ ਨਹੀਂ ਕਰਨੇ ਚਾਹੀਦਾ ਜੀ ਜੀ। ਬਚਪਨ ਤੋਂ ਹੀ ਸ਼ੌਕ ਆਈ ਇਸ ਪਲੇਅਰ ਬਣਨਾ, ਉਸ ਤੋਂ ਬਾਅਦ ਅਸੀਂ ਖੇਡਣਾ ਸ਼ੁਰੂ ਕਰ ਦਿੱਤਾ। ਮਾਸ਼ਾਅੱਲਾ ਬੜਾ ਸੀ ਅੱਛਾ ਖੇਡਦਾ ਹੈ ਉਸਤਾਦ ਇਸ ਦਾ ਸਕਿੱਲ। ਅੱਛਾ ਇਹ ਪਹਿਲੇ ਮਤਲਬ ਤੁਸੀਂ ਉਹਦੇ ਨਾਲ ਵੀ ਖੇਡਦੇ ਹੋ? ਜੀ ਅਲਹਮਦੁਲਿਲਾ ਸੀ ਉਹਦੇ ਨਾਲ ਹੀ ਪਹਿਲੇ ਸ਼ੁਰੂ ਤੋਂ ਬਾਅਦ ਅਨਿਲ ਚਾਂਦ ਦਾ ਹੀ ਦੱਸੀ ਆਪਣੇ ਕੋਈ ਨਾ। ਅੱਛਾ ਤੇ ਪਹਿਲੇ ਅਨਿਲ ਚਾਂਦ ਨਾਲ ਅਨਿਲ ਚਾਂਦ ਦਾ ਸਾਜਿਦ ਖਾਨ ਨਾਲ ਖੇਡਦੇ ਰਹੇ ਛੋਟੀਆਂ ਛੋਟੀਆਂ ਟੀਮਾਂ ਨਾਲ ਮੁਖਤਲਿਫ ਗਾਉਂ ਦੇ ਸਾਜਿਦ ਖਾਨ ਪਠਾਨ ਦਾ ਨਾਮ ਹੈ ਯਾਰ ਤੂੰ ਹੀ ਨਾ ਕਰ। ਨਹੀਂ ਛੋਟਾ ਮੋਟਾ ਸੀ ਖੇਡਦੇ ਰਹੇ ਹਾਂ, ਛੋਟੇ ਛੋਟੇ ਪਿੰਡਾਂ ਹੀ ਰਹਿੰਦੇ ਰਹੇ ਖੇਡਦੇ ਰਹੇ, ਬੜਾ ਭੱਜਿਆ ਇਸ ਪਿੱਛੇ। ਅਲਹਮਦੁਲਿਲਾ ਹੁਣ ਐਕਸਪੀਰੀਅੰਸ ਹੋ ਗਿਆ ਵਾਲੀਬਾਲ ਦਾ। ਅੱਛਾ ਤੇ ਅਲਹਮਦੁਲਿਲਾ ਹੁਣ ਹਾਰ ਨਾ ਮੰਦੇ ਖੇਡਦੇ ਜੀ। ਇਰਫਾਨ ਭਾਈ ਤੇ ਤੁਹਾਡਾ ਮੰਦੇ ਤਜਰਬਾ ਕਿ ਜਾਇ ਤੇ ਡੇਰ ਅੱਗੇ ਮਤਲਬ ਫਰੰਟ ਖੇਡਦੇ ਹੋ ਜਾਂ ਬੈਕ ਸਾਈਡ ਬੈਕ ਵਿੰਗਾਂ ਜਾਂ ਇੰਜਨ ਮਤਲਬ ਬੈਕ ਵੀ ਖੇਡ ਲਵਿੰਦਾ ਝੰਡੀ ਵੀ ਖੇਡ ਸਾਰਾ ਸਿਸਟਮ ਮਤਲਬ ਅੱਛਾ ਅੱਛੇ ਤਰੀਕੇ ਨਾਲ ਖੇਡ ਲਵਿੰਦਾ ਤੇ ਇੱਥੇ ਮਤਲਬ ਤੁਸੀਂ ਕੈਪਟਨ ਹੋ ਆ ਤੁਹਾਡਾ ਲੋਗੋ ਵੀ ਮੈਂ ਵੇਖਿਆ ਜੀ ਆ ਪਿੱਛੇ ਅਸੀਂ ਲਾਹੌਰ ਖੇਡਦੇ ਰਹੇ ਹਾਂ। ਅੱਛਾ ਉੱਥੋਂ ਪਿੱਛੇ ਗਿਆ ਆਪਣੇ ਗ੍ਰਾਂ ਆਇਆ ਹੁਣ ਇੱਥੇ ਕੈਪਟਨ ਆ ਅਲਹਮਦੁਲਿਲਾ ਮੁੰਡਿਆਂ ਜਿੱਦ ਕੀਤੀ ਹੋਣੀ ਸਾਡੇ ਗਰੀਬਾਂ ਨਾਲ ਵੀ ਖੇਡੋ ਜੀ ਇਹ ਥੋੜਾ ਸੀ ਖੇਡਦੇ ਆ ਅਲਹਮਦੁਲਿਲਾ ਇੱਥੇ ਮਾਸ਼ਾਅੱਲਾ ਬੜੇ ਅੱਛੇ ਪਲੇਅਰ ਹੈ। ਨਹੀਂ ਮਤਲਬ ਤੁਹਾਡੀ ਗੇਮ ਇਹ ਚੰਗੀ ਤਾਂ ਹੈ ਤੁਹਾਨੂੰ ਕੈਪਟਨ ਦਾ ਲਕਬ ਦਿੱਤਾ, ਕੈਮਰਾਮੈਨ ਥੋੜਾ ਨੇੜੇ ਹੋਇਆ ਹੈ ਨਾ ਮੇਰੇ ਗੁੱਬੇ ਚੈੱਕ ਕਰੋ ਕੈਪਟਨ ਅਲਹਮਦੁਲਿਲਾ ਬੱਚਾ ਹੈ ਤੇ ਜੀ ਇਰਫਾਨ ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਿਹੜਾ ਤੁਸੀਂ ਆਪਣੇ ਕੀਮਤੀ ਵਕਤ ਵਿੱਚ ਸਾਡੇ ਵਾਸਤੇ 10 ਮਿੰਟ ਕੱਢੇ ਨਾ ਵੀਡੀਓ ਲੈਂਥ ਹੀ ਆਉਂਦੀ ਪਈ ਤੇ ਅੱਜ ਵਾਸਤੇ ਇਤਨਾ ਹੀ ਕਾਫੀ। ਅੱਲਾ ਹਾਫਿਜ਼।